ਪਹਿਲਾਂ ਤਾਂ ਗੱਲ ਹੈ ਵੀ ਸਿੰਗਲਾ ਸਾਹਿਬ ਨੂੰ ਆਪਣਾ ਸਮਾਂ ਜਿਹੜਾ ਹੈਗਾ ਟਰਾਂਸਪੋਰਟ ਦਾ ਜਿਹੜਾ 5 ਸਾਲ ਦਾ ਇਹਨਾਂ ਦਾ ਵਿਰਾਜ ਰਿਹਾ ਉਸ ਸਮਾਂ ਯਾਦ ਕਰਨਾ ਚਾਹੀਦਾ ਔਰ ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗਾ ਕਿਸ ਦਿਨ ਬੁਲਾ ਕੇ ਇਹਨਾਂ ਨੂੰ ਉਹ ਜਿਹੜੀਆਂ ਤਸਵੀਰਾਂ ਹੈਗੀਆਂ ਪੰਜਾਬ ਰੋਡਵੇਜ਼ ਦੀਆਂ ਕਿ ਕਿਸ ਤਰ੍ਹਾਂ ਦੀ ਹਾਲਤ ਉਸ ਵੇਲੇ ਪੰਜਾਬ ਟਰਾਂਸਪੋਰਟ ਦੀ ਸੀ ਚਾਹੇ ਰੋਡਵੇਜ਼ ਸੀ ਚਾਹੇ PRTC ਦੀ ਉਹ ਸੀ ਔਰ ਨਾਲ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਵੀ ਜੇ ਚਾਹੁਣ ਤਾਂ ਮੈਂ ਜਿੰਨੀਆਂ ਮਰਜ਼ੀ ਭੇਜ ਦਿਆਂਗਾ ਕਿ ਇੱਕ ਇੱਕ ਕਾਂਗਰਸ ਦਾ ਲੀਡਰ ਜਿਹੜਾ ਟਰਾਂਸਪੋਰਟਰ ਸੀ ਉਹਦੀਆਂ ਕਿੰਨੀਆਂ ਕਿੰਨੀਆਂ ਇਲੀਗਲ ਬੱਸਾਂ ਜਿਹੜੀਆਂ ਸੀ ਉਸ ਵੇਲੇ ਅੱਡਿਆਂ ਦੇ ਬਾਹਰ ਜੁੱਤੀ ਦੇ ਜ਼ੋਰ ਦੇ ਨਾਲ ਚੱਲਦੀਆਂ ਸੀ ਪਰ ਚੀਮਾ ਗੱਲ ਪੂਰੀ ਕਰ ਟੂ ਰੋਂਗਸ ਡੋਨਟ ਮੇਕ ਵਨ ਰਾਈਟ ਉਦੋਂ ਗਲਤ ਹੋ ਰਿਹਾ ਸੀ ਤਾਂ ਉਹਨੇ ਆਪ ਕੇ ਆਪ ਵੀ ਉਹ ਵੀ ਗਲਤ ਸੀ ਜਦੋਂ ਹੋ ਰਿਹਾ ਸੀ ਮੈਂ ਇਹ ਗੱਲ ਕਰ ਲੱਗਾ ਹੁਣ ਵੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਰਿਹਾ ਔਰ ਬੱਸਾਂ ਦੀ ਹਾਲਤ ਇਸ ਵੇਲੇ ਵੀ ਉਹੀ ਆ ਸਾਡੇ ਆ ਚੱਲੇ ਇਹ ਗੱਲ ਕਰ ਰਹੇ ਆ ਕਿ ਰੂਪ ਅਸੀਂ ਉਹਨੂੰ ਸੁਣ ਲਾ ਮੈਂ ਇਹਨਾਂ ਦੀ ਗੱਲ ਧਿਆਨ ਨਾਲ ਸੁਣ ਮੇਰੀ ਗੱਲ ਸੁਣ ਮੇਰੀ ਛੋਟੇ ਜਿਹੇ ਮੈਨੂੰ ਇੰਟਰਵਿਊ ਇਸ ਕਰਕੇ ਮੈਂ ਕਰ ਰਿਹਾ ਮੇਰੀ ਗੱਲ ਸੁਣ ਲਓ ਤੁਸੀਂ ਆਰਾਮ ਨਾਲ ਥੋੜਾ ਜਿਹਾ ਮੈਂ ਤੁਹਾਨੂੰ ਜੇ ਇੰਟਰਵਿਊ ਭਾਵੇਂ 2 ਘੰਟੇ ਗੱਲ ਕਰ ਲਓ ਤੇ ਮੈਨੂੰ ਤਿਆਰ ਆ ਮੈਂ ਛੋਟੀ ਜਿਹੀ ਗੱਲ ਹੈ ਇਹ ਛੋਟੀ ਜਿਹੀ ਇੰਟਰਵਿਊ ਹਾਂਜੀ ਇੰਟਰਵੈਂਸ਼ਨ ਕਿ ਜੇ ਪਹਿਲਾਂ ਦੀ ਗੱਲ ਇਹ ਕਹਿੰਦੇ ਨੇ ਕਿ ਪਰਮਿਟ ਤੁਹਾਡੇ ਕੋਲ ਇੱਕ ਹੈ ਬੱਸਾਂ ਚਲਾਉਣੇ 7 ਹੈ ਤੇ ਅੱਜ ਵੀ ਇਹ ਹਾਲ ਹੈ ਜਿਹੜੇ ਵੱਡੇ ਹੈ ਉਹ ਸਭ ਤੋਂ ਜ਼ਿਆਦਾ ਇਹੀ ਕਰ ਰਹੇ ਹੈ ਵਿੱਚ ਕੈਪਟਨ ਅਮਰਿੰਦਰ ਸਿੰਘ ਟੋਲਡ ਟੂ ਦੀ ਪ੍ਰੈਸ ਕਾਨਫਰੰਸ ਕਿ ਇਹ ਤਾਂ ਹੈ ਹੀ ਟੈਕਸੇਸ਼ਨ ਦੇ ਫੇਵਰ ਅਸਲੀ ਗੱਲ ਤੇ ਹੈ ਕਿ ਪਰਮਿਟ ਇੱਕ ਹੈ ਬੱਸਾਂ 8 ਚਲਾਉਂਦੇ ਆ ਉਹ ਤਾਂ ਟ੍ਰਿਬਿਊਨ ਨੂੰ ਦੁਬਾਰਾ ਕੈਰੀ ਕਰਨਾ ਪੈਣਾ ਇੱਕ ਹੋਰ ਸਰਵੇ ਜੀ ਤੁਸੀਂ ਤੁਹਾਡੀ ਛੋਟੀ ਜਿਹੀ ਇੰਟਰਵੈਂਸ਼ਨ ਸੀ ਹਾਂਜੀ ਚੀਮਾ ਜੀ ਪਹਿਲਾਂ ਤਾਂ ਗੱਲ ਹੈ ਵੀ ਅੱਜ ਵੀ ਸੱਚਾਈ ਜਿਹੜੀ ਇਹ ਹੈ ਕਿ ਪਬਲਿਕ ਟਰਾਂਸਪੋਰਟ ਪਹਿਲਾਂ ਨਾਲੋਂ ਬਹੁਤ ਬੈਟਰ ਹੋਈ ਹੈ ਜਿਨ੍ਹਾਂ ਬੱਸਾਂ ਦੇ ਵਿੱਚ ਲੋਕੀ ਚੜ੍ਹਨ ਨੂੰ ਤਿਆਰ ਨਹੀਂ ਸੀ ਉਹਨਾਂ ਬੱਸਾਂ ਨੂੰ ਅੱਜ ਤੁਸੀਂ ਸੜਕਾਂ ਤੇ ਚੱਲਦਿਆਂ ਦੇਖੋ ਅੱਜ ਤੁਹਾਨੂੰ ਕਿਸੇ ਵੀ ਛੱਤ ਤੇ ਸਵਾਰੀ ਨਹੀਂ ਨਜ਼ਰ ਆਉਂਦੀ ਔਰ ਆਰਾਮ ਦੇ ਨਾਲ ਬੈਠ ਕੇ ਨੰਬਰ ਵੀ ਸਵਾਰੀਆਂ ਦਾ ਵਧਿਆ ਔਰ ਪ੍ਰੋਫਿਟ ਵੀ ਜਿਹੜਾ ਮਹਿਕਮੇ ਦਾ ਪਹਿਲਾਂ 468 ਕਰੋੜ ਦੇ ਕਰੀਬ ਸੀ ਇਸ ਵੇਲੇ 653 ਕਰੋੜ ਤੇ ਉਹਦੀ ਜਿਹੜੀ ਰੈਵਨਿਊ ਜਿਹੜੇ ਪ੍ਰਾਈਵੇਟ ਕੰਪਨੀ ਦੇ ਉਹਨਾਂ ਦਾ ਕਿੰਨਾ ਪ੍ਰੋਫਿਟ ਹੈ ਉਹ ਕਿੰਨੇ ਵਾਸਤੇ ਵਧਿਆ ਉਹ ਮੈਂ ਤੁਹਾਨੂੰ ਸਾਰੇ ਦੱਸ ਦੇਣਾ ਦੂਜੀ ਗੱਲ ਹੈ ਕਿ ਦੂਜਾ ਜਿਹੜਾ ਮਾਪਦੰਡ ਇਹ ਕਹਿੰਦੇ ਹੈ ਕਿ ਜਿਹੜਾ ਗਵਰਨਮੈਂਟ ਸੈਕਟਰ ਹੈ ਉਹ ਪਿੱਛੇ ਗਿਆ ਜਿਹੜੀ ਬੱਸਾਂ ਦੀ ਗਿਣਤੀ ਹੈ ਉਹ 2540 ਸੀ 2007 ਦੇ ਵਿੱਚ ਜਦੋਂ ਇਹਨਾਂ ਦੀ ਸਿੰਗਲਾ ਸਾਹਿਬ ਦੀ ਸਰਕਾਰ ਸੀ ਅੱਜ 3158 ਅਮਰਿੰਦਰ ਸਿੰਘ ਦੀ ਸਰਕਾਰ ਸੀ 3158 ਜਿਹੜੀ ਹੈ ਅੱਜ ਉਹ ਪਹੁੰਚ ਗਈ ਹੈ 3100 ਮਤਲਬ 600 ਤੋਂ ਵੱਧ ਬੱਸਾਂ ਜਿਹੜੀਆਂ ਹੈਗੀਆਂ ਪਹਿਲਾਂ ਨਾਲੋਂ ਉਹਦੇ ਵਿੱਚ ਵਧੀਆਂ ਨੇ ਜਦੋਂ ਇਹਨਾਂ ਦੇ ਟਾਈਮ ਦੇ ਉੱਤੇ 629 ਨਵੀਆਂ ਬੱਸਾਂ ਇਹਨਾਂ ਨੇ ਪਬਲਿਕ ਸੈਕਟਰ ਨੇ ਐਡ ਕੀਤੀਆਂ ਸੀ ਅੱਜ ਦੀ ਤਰੀਕ ਦੇ ਵਿੱਚ 1859 ਬੱਸਾਂ ਜਿਹੜੀਆਂ ਹੈਗੀਆਂ ਪਬਲਿਕ ਸੈਕਟਰ ਦੇ ਵਿੱਚ ਐਡ ਹੋਈਆਂ ਔਰ ਜਿਹੜੀ ਮਾਈਲੇਜ ਦੀ ਗੱਲ ਕੀਤੀ ਜਾਂਦੀ ਹੈ ਉਹ 24.14 ਕਰੋੜ ਜਿਹੜੀ ਹੈ ਮਾਈਲੇਜ ਕਿਲੋਮੀਟਰ ਸੀਗੀ ਇਹਨਾਂ ਦੇ ਟਾਈਮ ਦੇ ਉੱਤੇ ਜਿਹੜੀ ਅੱਜ 29.85 ਕਰੋੜ ਜਿਹੜੀ ਹੈ ਕਿਲੋਮੀਟਰ ਅੱਜ ਪਹੁੰਚ ਚੁੱਕੀ ਹੈ ਔਰ ਪ੍ਰੋਡਕਟੀਵਿਟੀ ਵੀ ਜਿਹੜੀ ਹੈ 206 ਤੋਂ ਲੈ ਕੇ 283 ਗੱਲ ਹੈ ਕਿ ਜੇ ਕੋਈ ਗਵਰਨਮੈਂਟ ਨੇ ਕਨਸੈਸ਼ਨ ਦਿੱਤੀ ਹੈ ਜਿਹੜੀ ਗੱਲ ਕਰ ਰਹੇ ਕਿ ਲਗਜ਼ਰੀ ਸੁਪਰ ਲਗਜ਼ਰੀ ਅੱਜ ਇਹ ਹੈ ਕਿ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਆਪਣੀ ਗੱਡੀ ਤਾਂ ਚਾਹੁੰਦੇ ਹਾਂ ਕਿ ਵਧੀਆ ਤੋਂ ਵਧੀਆ ਹੋਵੇ ਲੇਕਿਨ ਆਮ ਆਦਮੀ ਦਾ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਪੁਰਾਣੀਆਂ ਟੁੱਟੀਆਂ ਬੱਸਾਂ ਦੇ ਵਿੱਚ ਹੀ ਸਫ਼ਰ ਕਰੇ 10% 15% ਕਿਰਾਇਆ ਵਧਾ ਕੇ ਸਾਰੀ ਜਿਹੜੀ ਸਟੇਟ ਦੀ ਟਰਾਂਸਪੋਰਟੇਸ਼ਨ ਹੈ ਉਹਨੂੰ ਰੈਵੋਲੂਸ਼ਨਾਈਜ਼ ਕੀਤਾ ਗਿਆ ਬਾਕੀ ਗੈਸਟ ਦੇ ਨਾਲ ਹੁਣ ਸਾਡੇ ਨਾਲ ਜੁੜ ਰਹੇ ਨੇ NS ਪਰਵਾਨਾ ਜੋ ਇੱਕ ਸੀਨੀਅਰ ਪੱਤਰਕਾਰ ਨੇ ਪਰਵਾਨਾ ਜੀ ਡਿਸਕਸ਼ਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਪਰ ਜੋ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਸੀਂ ਕੁਝ ਇੰਟਰਵਿਊ ਕਰਨ ਲੱਗੇ ਸੀ ਜਦੋਂ ਚੀਮਾ ਸਾਹਿਬ ਕੁਝ ਕਹਿ ਰਹੇ ਸੀ ਚੀਮਾ ਸਾਹਿਬ ਨੇ ਜਿਹੜੇ ਫਿਗਰਸ ਦਿੱਤੇ ਨੇ ਹੁਣ ਮੈਨੂੰ ਨਹੀਂ ਪਤਾ ਪੱਤਰਕਾਰਾਂ ਦੀ ਤਾਂ ਜਿਹੜੀ ਤੁਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਹੋ ਸਾਡੇ ਤਾਂ ਲਿਮਿਟਡ ਜਿਹੇ ਚੈਨਲਸ ਹੁੰਦੇ ਨੇ ਜਿੱਥੋਂ ਹੀ ਅਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ ਕਿਉਂਕਿ ਸਰਕਾਰ ਕੋਲ ਅਪੋਜੀਸ਼ਨ ਕੋਲ ਤਾਂ ਹੋਰ ਵੀ ਬਹੁਤ ਹੁੰਦੀ ਹੈ ਦੇ ਕੈਨ ਅਸੈਸ ਇਨਫੋਰਮੇਸ਼ਨ ਫਰੋਮ ਡਿਫਰੈਂਟ ਸੋਰਸਿਸ ਜਾਂ ਤਾਂ ਚੀਮਾ ਸਾਹਿਬ ਜੋ ਫਿਗਰਸ ਦੇ ਰਹੇ ਨੇ ਉਹ ਠੀਕ ਨੇ ਤੇ ਜਾਂ ਫਿਰ ਜੋ ਸਰਕਾਰ ਨੇ ਵਿਧਾਨ ਸਭਾ ਦੇ ਟੇਬਲ ਤੇ ਰੱਖੀਆਂ ਕਿਤਾਬਾਂ ਜਾਂ ਉਹ ਠੀਕ ਨੇ ਤੇ ਜਾਂ ਇਹ ਠੀਕ ਨੇ ਕੈਗ ਦੀ ਰਿਪੋਰਟ ਜਿਹੜੀ ਹੈ 2009 ਦੀ ਉਹ ਕਹਿੰਦੀ ਹੈ ਕਿ ਇਸ ਵੇਲੇ ਪੰਜਾਬ ਰੋਡਵੇਜ਼ ਦੀ ਜਿਹੜੀ ਬੱਸ ਉਹ 105 ਕਿਲੋਮੀਟਰ ਕੱਢਦੀ ਹੈ ਜਿਹੜੀ ਕਿ ਜਿਹੜਾ ਇਹਨਾਂ ਦਾ ਪਰਮਿਟ ਦਾ ਨੰਬਰ ਸੀ ਜਿਹੜਾ 2007 ਵਿੱਚ 900 ਪਰਮਿਟ ਸੀ ਇਸ ਵੇਲੇ ਉਹਨਾਂ ਦਾ ਪਰਮਿਟ ਘੱਟ ਕੇ 600 ਕੁਛ ਰਹਿ ਗਿਆ ਉਹਨਾਂ ਦੀ ਮਾਈਲੇਜ 200 ਤੋਂ ਘੱਟ ਕੇ 105 ਕਿਲੋਮੀਟਰ ਪਰ ਡੇ ਪਰ ਬੱਸ ਰਹਿ ਗਈ ਹੈ ਔਰ ਜਿਹੜਾ ਲੋਸ ਹੈ ਪਿਛਲੇ 5 ਸਾਲਾਂ ਵਿੱਚ ਉਹ 460-465 ਕਰੋੜ ਹੈ ਔਰ ਇੱਕ ਸਾਲ ਦਾ ਲੋਸ ਹੈ 77 ਕਰੋੜ ਹੈ ਜਾਂ ਤਾਂ ਕੈਗ ਦੀ ਰਿਪੋਰਟ ਗਲਤ ਹੈ ਅਤੇ ਜਾਂ ਇਹ ਜਿਹੜੇ ਫਿਗਰਸ ਦੇ ਰਹੇ ਨੇ ਇਹ ਗਲਤ ਨੇ ਔਰ ਇਹਦੇ ਨਾਲ ਨਾਲ ਜਿਹੜੀ ਰਿਕਾਰਡ ਇਹ ਵਿਧਾਨ ਸਭਾ ਵਿੱਚ ਬਜਟ ਵੇਲੇ ਰੱਖਦੇ ਨੇ ਟੇਬਲ 'ਤੇ ਉਹਦੇ ਵਿੱਚ ਜਿਹੜੇ ਸਟੈਟਿਸਟਿਕਸ ਦਿੱਤੇ ਜਾਂਦੇ ਨੇ
ਉਹ ਫਿਗਰ ਜਿਹੜੇ ਦੱਸਦੇ ਨੇ ਉਹ ਇਹ ਫਿਗਰ ਨਾਲੋਂ ਬਿਲਕੁਲ ਉਲਟ ਨੇ। ਬਹੁਤ ਇੰਟਰਸਟਿੰਗ ਪੁਆਇੰਟ ਹੈ। ਅਮਰੀਕ ਸਿੰਘ ਜੀ, ਦੋ ਇਸ਼ੂਜ਼ ਨਿਕਲ ਕੇ ਆਏ ਇੱਥੇ। ਚੀਮਾ ਸਾਹਿਬ ਕਹਿ ਰਿਹਾ ਕਿ ਜਿਹੜੀਆਂ ਸਰਕਾਰੀ ਬੱਸਾਂ ਦੀ ਹਾਲਤ ਬਹੁਤ ਬਿਹਤਰ ਹੋਈ ਆ, ਔਰ ਜੋ ਬਾਕੀ ਡਿਸਕਸ਼ਨ ਦੇ ਵਿੱਚ ਨਿਕਲ ਕੇ ਆਇਆ ਵਾ ਉਹ ਆਇਆ ਕਿ ਪ੍ਰਾਈਵੇਟ ਬੱਸਾਂ ਦੀ ਹਾਲਤ ਕਿਤੇ ਜ਼ਿਆਦਾ ਬਿਹਤਰ ਹੋਈ ਹੈ ਜੇ ਸਰਕਾਰੀ ਬੱਸਾਂ ਅੱਗੇ ਨਾਲੋਂ ਬਿਹਤਰ ਹੋਈਆਂ ਗੀਆਂ। ਤੁਸੀਂ ਅਮਲੋਹ ਇਲਾਕੇ ਦੇ ਰਹਿਣ ਵਾਲੇ ਜੇ, ਉੱਥੇ ਲੋਕਾਂ ਦੀ ਕੀ ਧਾਰਨਾ ਵਾ ਕਿ ਵਾਕਈ ਜਿਹੜੀ ਪਬਲਿਕ ਟਰਾਂਸਪੋਰਟ ਆ ਉਹਦੇ 'ਚ ਕੋਈ ਬਿਹਤਰੀ ਹੋਈ ਹੈ? ਪਬਲਿਕ ਟਰਾਂਸਪੋਰਟ ਦੇ ਵਿੱਚ ਜਿਹੜੀ ਕੋਈ ਬਿਹਤਰੀ ਨਹੀਂ ਹੋਈ, ਜਿਹੜੀਆਂ ਕੁਛ ਕੰਪਨੀਜ਼ ਦੀਆਂ ਜਿਹੜੀਆਂ ਮੈਂ ਕਿਤੇ ਨਾਂ ਨਹੀਂ ਲਊਂਗਾ ਜੀ ਕਿਹਦੀਆਂ ਹੈਗੀਆਂ, ਪਰ ਕੁਛ ਕੰਪਨੀ ਦੀਆਂ ਬੱਸਾਂ ਦੀ ਹਾਲਤ ਹੀ ਬਿਹਤਰ ਹੋਈ ਹੈ। ਜਿਹੜੀ ਪਬਲਿਕ ਟਰਾਂਸਪੋਰਟ ਹੈ, ਪੈਪਸੂ ਰੋਡਵੇਜ ਟਰਾਂਸਪੋਰਟ ਕਹਿ ਲਓ ਜਾਂ ਪੰਜਾਬ ਰੋਡਵੇਜ ਕਹਿ ਲਓ, ਇਹਨਾਂ ਦੀਆਂ ਇਹਨਾਂ ਕੋਲ ਉਹ ਸੁਪਰ ਲੱਗਦੀ ਬੱਸੇ ਜਾਂ ਇਹਨਾਂ ਕੋਲ ਐਸੇ ਕੋਈ ਰੂਟ ਨਹੀਂ ਹੈਗੇ ਵੀ ਜਿਹਨਾਂ ਦੀ ਕੋਈ ਹਾਲਤ ਹੋਵੇ। ਉਹਨਾਂ ਦੇ ਤਾਂ ਉਹੀ ਪੁਰਾਣੀਆਂ ਬੱਸਾਂ ਨੇ, ਉਹੀ ਉਹਨਾਂ ਦੇ ਉਹੀ ਉਹਨਾਂ ਦੀ ਹਾਲਤ ਹੈ, ਔਰ ਕੋਈ ਬਹੁਤੀ ਵਧੀਆ ਹਾਲਤ ਹੋਣੀ। ਵੈਸੇ ਲੋਕਾਂ 'ਚ ਕੀ ਇਹ ਧਾਰਨਾ ਹੈ ਵਾ ਵੀ ਜਿਹੜੀਆਂ ਕੋਈ ਨਿੱਜੀ ਕੰਪਨੀਆਂ ਵਾ, ਜਿਹੜੇ ਇਨਫਲੂਐਂਸ਼ੀਅਲ ਪੋਲੀਟੀਕਲ ਲੀਡਰਸ ਹੈ, ਜਿਹੜੇ ਸੱਤਾਧਾਰੀ ਪਾਰਟੀ ਦੇ ਲੀਡਰਸ ਆ, ਉਹ ਉਹਨਾਂ ਦਾ ਕਬਜ਼ਾ ਉਹਨਾਂ 'ਤੇ? ਬਿਲਕੁਲ, ਸਾਰੇ ਲੋਕ ਤਾਂ ਇਹੀ ਕਹਿੰਦੇ ਵੀ ਜਿਹੜਾ ਜਿਹਨਾਂ ਜਿਹੜਾ ਟਰਾਂਸਪੋਰਟ ਦਾ ਮਾਲਵੇ ਆ, ਟਰਾਂਸਪੋਰਟ ਬਿਜ਼ਨਸ ਹੈ, ਉਹ ਬਾਦਲ ਫੈਮਿਲੀ ਨੇ ਕੈਪਚਰ ਕੀਤਾ ਹੈ। ਲੋਕਾਂ ਦੀ ਧਾਰਨਾ ਇਹ, ਲੋਕਾਂ ਦੀ ਧਾਰਨਾ ਹੈ। ਡਾਕਟਰ ਚੀਮਾ, ਤੁਸੀਂ ਇਹ ਤੋਂ ਰਿਸਪੋਂਡ ਕਰਨਾ ਚਾਹੋਗੇ? ਦੇਖੋ ਗੱਲ ਆ ਜੀ, ਇੱਕ ਤਾਂ ਜਿਹੜੇ ਉਹਨਾਂ ਨੇ ਕਿਹਾ ਨਾ ਵੀ ਏਸੀ ਬੱਸਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਸੈਕਟਰ 'ਚ ਹੀ ਨੇ, ਤਾਂ ਮੈਂ ਉਹਨੂੰ ਦੱਸਣਾ ਵੀ 259 ਬੱਸਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਰੋਡਵੇਜ਼ ਦੀਆਂ ਅਤੇ PRTC ਦੀਆਂ ਜਿਹੜੀਆਂ AC ਬੱਸਾਂ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀਆਂ। ਦੂਜੀ ਗੱਲ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਅਸੀਂ ਇੰਨਾ ਛੋਟਾ ਨਹੀਂ ਸਮਝ ਸਕਦੇ ਜਿਹੜੀ, ਕਿਉਂਕਿ ਐਜ਼ ਪਰ ਪੋਲਿਸੀ ਜਿਹੜੀ ਹੈਗੀ ਹੈ, ਰੇਸ਼ੋ ਹੈਗੀ ਜਿਹੜੀ ਫਿਕਸਡ, ਉਹਦੇ ਵਿੱਚ ਜਿਹੜੇ ਇੰਟਰ ਸਟੇਟ ਰੂਟਸ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਨੈਸ਼ਨਲ ਰੂਟਸ ਹੈਗੇ ਨੇ ਉਹਦੇ 'ਤੇ 75-25 ਦੀ ਰੇਸ਼ੋ ਆ, ਔਰ ਜਿਹੜੇ ਸਟੇਟ ਹਾਈਵੇਜ਼ ਹੈਗੇ ਨੇ ਉਹਦੇ 'ਤੇ 40-60 ਦੀ ਇਸ ਵੇਲੇ ਸਾਡੀ ਪੋਲਿਸੀ ਦੇ ਮੁਤਾਬਕ ਜਿਹੜੀ ਆ ਉਹਦੀ ਰੇਸ਼ੋ ਹੈ। ਅਤੇ ਇਸ ਕਰਕੇ 60% ਉਹਨਾਂ ਰੂਟਾਂ ਦੇ ਉੱਤੇ ਪ੍ਰਾਈਵੇਟ ਬੱਸਾਂ ਐਗਜਿਸਟ ਕਰਦੀਆਂ ਨੇ ਔਰ ਐਜ਼ ਪਰ ਲਾ ਕਰਦੀਆਂ ਨੇ। ਇਹਨੂੰ ਇਹ ਕਹਿਣਾ ਕਿ ਸਾਰੀਆਂ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਇਲੀਗਲ ਨੇ, ਜੇ ਇਹ ਚੱਲ ਰਹੀਆਂ ਨੇ 3,000 ਤੇ 60% ਉਹ ਵੀ ਚੱਲਣੀਆਂ ਨੇ, ਉਹਦੇ ਮੁਤਾਬਕ ਇਸ ਤੋਂ ਗਿਣਤੀ ਉਹਨਾਂ ਦੀ ਵੱਧ ਹੈ ਜੀ। ਅੱਜ ਸਰਕਾਰ ਨੇ ਅੱਜ ਕੋਈ ਇਸ਼ਤਿਹਾਰ ਦਿੱਤੇ ਆ ਅਖਬਾਰਾਂ ਦੇ ਵਿੱਚ, ਤੁਹਾਡੀ ਅਖਬਾਰ ਨੂੰ ਤੇ ਉਹ ਇਸ਼ਤਿਹਾਰ ਨਹੀਂ ਮਿਲਿਆ, ਪਰ ਉਹ ਜਿਹੜੇ ਇਸ਼ਤਿਹਾਰ ਦਿੱਤੇ ਆ ਉਹ ਤੁਹਾਨੂੰ ਲੱਗਦਾ ਵੀ ਉਹਨਾਂ 'ਚ ਕੋਈ ਤੱਥ ਹੈ? ਦੇਖੋ ਜਿਹੜੀ ਗੱਲ ਹੁਣ ਇਹ ਕਹਿ ਰਹੇ ਨੇ, ਉਸ ਇਸ਼ਤਿਹਾਰ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਨਹੀਂ ਦਿੱਤੀ ਗਈ, ਜਿਹੜਾ ਇਸ਼ੂ ਸਭ ਤੋਂ ਵੱਡਾ ਹੈ ਕਿ ਦੇਖੋ ਲਗਜ਼ਰੀ ਟਰਾਂਸਪੋਰਟ ਜਿਹੜਾ, ਜਿਹਦਾ ਪਹਿਲਾਂ ਪੈਸੰਜਰ ਟੈਕਸ 7.5 ਰੁਪਏ ਪਰ ਕਿਲੋਮੀਟਰ ਸੀ, ਠੀਕ ਹੈ, ਉਹ 50 ਪੈਸੇ ਕਿਉਂ ਕੀਤਾ ਗਿਆ? ਜਿਹੜਾ ਆਮ ਆਦਮੀ ਚੱਲਦਾ ਸੜਕ 'ਤੇ ਉਹਦਾ 50 ਤੋਂ 2.25 ਕੀਤਾ ਗਿਆ, ਉਹ 10% ਡਿਕਰੀਜ਼ ਕੀਤਾ ਗਿਆ, ਕਿੱਥੇ 7.5 ਤੋਂ 50 ਪੈਸੇ ਕੀਤਾ ਗਿਆ, ਔਰ ਜਿਹੜਾ AC ਬੱਸ ਹੈ ਉਹ 50% ਰਿਡਿਊਸ ਕੀਤਾ ਗਿਆ, 2 ਰੁਪਏ 1 ਰੁਪਏ ਕੀਤਾ ਗਿਆ। ਸੋ ਜਿਹੜਾ ਆਮ ਆਦਮੀ ਹੈ, ਜਿਹੜਾ ਗਰੀਬ ਆਦਮੀ ਹੈ, ਜਿਹੜਾ ਵੀਕਰ ਸੈਕਸ਼ਨ ਹੈ, ਉਹਨੂੰ ਇਸ ਪੋਲਿਸੀ ਨੇ, ਇਸ ਸਕੀਮ ਨੇ ਕਿਵੇਂ ਬੈਨੀਫਿਟ ਦਿੱਤਾ, ਮੈਨੂੰ ਨਹੀਂ ਸਮਝ ਲੱਗਦੀ। ਤੁਸੀਂ ਜਿਹੜਾ ਬੰਦਾ ਫਿਰ ਜਿਹੜੇ ਕੋਲ ਲਗਜ਼ਰੀ ਬੱਸ ਹੈ ਉਹਨੂੰ ਸਾਲ ਵਿੱਚ 150 ਦਿਨ ਟੈਕਸ ਨਾ ਪੇ ਕਰਨ ਦੀ ਐਗਜ਼ੰਪਸ਼ਨ ਹੈ, ਔਰ ਆਰਡਨਰੀ ਬੱਸ ਜਿਹੜਾ ਆਮ ਆਦਮੀ ਜਿੱਥੇ ਚੜ੍ਹਦਾ ਉਹਨੂੰ ਸਿਰਫ 50 ਦਿਨ, ਉਹਨੂੰ ਵੀ 50 ਵੀ ਘੱਟ ਸ਼ਾਇਦ। ਸਿੰਗਲਾ ਜੀ, ਜਿਹੜਾ ਅੱਜ ਇਸ ਗੱਲ ਸਿੰਗਲਾ ਜੀ, ਜਿਹੜਾ ਅੱਜ ਸਰਕਾਰ ਨੇ ਖੰਡਨ ਦਿੱਤਾ ਵਾ ਪ੍ਰੈਸ ਰਿਪੋਰਟਸ ਦਾ, ਉਹਦੇ 'ਚ ਤੁਹਾਨੂੰ ਕੋਈ ਉਹ ਕਨਵਿੰਸਿੰਗ ਲੱਗਦਾ? ਕਿਤੇ ਕਨਵਿੰਸ ਕਿਸ ਤਰ੍ਹਾਂ ਹੈਗਾ? ਆਲਰੇਡੀ ਪ੍ਰਭਜੋਤ ਸਿੰਘ ਨੇ ਕਿਹਾ ਹੈ, ਜਾਂ ਤਾਂ ਸਰਕਾਰ ਅਸੈਂਬਲੀ 'ਚ ਤਾਂ ਝੂਠ ਨਹੀਂ ਬੋਲਦੀ ਕਿ ਬੋਲਦੀ ਹੈ, ਕੋਈ ਸਰਕਾਰ ਅਸੈਂਬਲੀ 'ਚ ਫੈਕਟਸ ਗਲਤ ਨਹੀਂ ਦੇ ਸਕਦੀ। CAG ਦੀ ਰਿਪੋਰਟ ਗਲਤ ਨਹੀਂ ਹੈ ਨਾ। ਮੈਂ ਇੱਕੋ ਹੀ ਮਿਸਾਲ ਦਿੰਦਾ ਗਿਆ, ਜੋ ਪ੍ਰਭਜੋਤ ਸਿੰਘ ਕਹਿੰਦੇ ਨੇ ਕਿ ਉਹਨਾਂ ਦੇ ਪਾਸ ਪਰਮਿਟ ਕਿੰਨੇ ਸੀ ਪਬਲਿਕ ਸੈਕਟਰ 'ਚ, ਉਹਨਾਂ ਦੇ ਘੱਟ ਕਰਨ ਦੀ ਕੀ ਜ਼ਰੂਰਤ ਹੈ? 6 ਜੇ ਇਹਨਾਂ ਦੀ ਗੱਲ ਮੈਂ ਮੰਨ ਲਵਾਂ ਵੀ 60-40 ਦੀ ਰੇਸ਼ੋ ਮੇਨਟੇਨ ਕੀਤੀ ਜਾਣੀ ਚਾਹੀਦੀ ਹੈ, ਅਤੇ ਉਹਨਾਂ ਦੇ ਪਰਮਿਟ ਦੀ ਰੇਸ਼ੋ 600 ਹੋ ਗਿਆ ਨਾ, ਹੁਣ 600 ਹੋ ਗਿਆ 900 ਤੋਂ, ਵਾਈ ਡਜ਼ ਇਟ ਮੇਨਟੇਨ ਦੀ ਪੈਰਿਟੀ ਬਿਟਵੀਨ ਦਾ ਪਬਲਿਕ ਸੈਕਟਰ ਪ੍ਰਾਈਵੇਟ ਸੈਕਟਰ? ਮੇਰਾ ਇੱਕ ਸੈਕਿੰਡ, ਪਹਿਲਾ ਜਿਹੜਾ ਪੁਆਇੰਟ ਸੀ ਨਾ ਜੀ, ਵਟ ਪ੍ਰਭਜੋਤ ਸਿੰਘ ਸੇਇੰਗ ਦਾ, ਆਈ ਸੈਡ ਇਨ ਦਾ ਬਿਗਨਿੰਗ ਕਿ ਇਹ ਜਿਹੜਾ ਟੈਕਸਟੇਸ਼ਨ ਪੋਲਿਸੀ ਇਹ ਰਿਗਰੈਸਿਵ ਹੈ। ਗਰੀਬ ਆਦਮੀ ਤਾਂ ਤੁਸੀਂ ਕਹਿੰਦੇ ਟੈਕਸ ਪੂਰਾ ਦਿਓ, ਅਮੀਰ ਆਦਮੀ ਜਿਹੜਾ ਅਫੋਰਡ ਕਰ ਸਕਦਾ ਉਸਨੂੰ ਕਹੋ 7.5 ਰੁਪਏ ਤੋਂ 50 ਪੈਸੇ ਆ ਜਾ, 2 ਰੁਪਏ ਪੈਸੇ ਆ ਜਾ। ਤੁਹਾਡਾ ਇਹ ਸਾਰੇ ਬਾਰੇ ਕੀ ਪ੍ਰਤੀਕਰਮ ਹੈ? ਥੋੜਾ ਜਿਹਾ ਬਰੀਫ ਹੋਣਾ ਪੈਣਾ ਆਪਾਂ ਨੂੰ, ਟਾਈਮ ਸਮਾਂ ਬਹੁਤ ਥੋੜਾ। ਬਹੁਤ ਇੰਪੋਰਟੈਂਟ ਆ ਜੀ, ਇੱਕ ਤਾਂ ਕਿ ਦੋ ਤਰ੍ਹਾਂ ਦੀਆਂ ਬੱਸਾਂ, ਇੱਕ HVAC ਬੱਸਾਂ ਹੈਗੀਆਂ ਜਿਹਦੇ ਵਿੱਚ ਪਹਿਲਾਂ ਜਿਹੜਾ ਟੈਕਸ ਸੀਗਾ ਉਹ 34 ਰੁਪਏ 22 ਪੈਸੇ ਸੀ, ਜਿਹੜਾ ਕਿ ਘਟਾ ਕੇ, ਬਿਲਕੁਲ ਠੀਕ ਕਹਿ ਰਹੇ ਨੇ ਸੰਦਾ ਪ੍ਰਭਜੋਤ ਸਿੰਘ, ਵੀ ਘਟਾ ਕੇ 4.57 ਰੁਪਏ ਕਰ ਦਿੱਤਾ। ਇੱਕ ਆਸਪੈਕਟ ਹੈ ਇਹਦਾ, ਟੈਕਸ ਘਟਾ ਕੇ 34 ਰੁਪਏ ਤੋਂ 4.57 ਰੁਪਏ ਕਰ ਦਿੱਤਾ ਗਿਆ, ਸੱਚਾਈ ਹੈ। ਉਹਦੇ ਦੇ ਨਾਲ ਹੀ ਇਹਦਾ ਰੇਟ ਜਿਹੜਾ ਸੀਗਾ ਪਹਿਲਾਂ, ਕਿਰਾਇਆ ਜਿਹੜਾ ਸੀ 290 ਰੁਪਏ 36 ਪੈਸੇ ਸੀ, ਉਹ ਕਿਰਾਇਆ ਘਟਾ ਕੇ 128 ਰੁਪਏ ਕੀਤਾ ਗਿਆ, ਔਰ ਇਹਦੇ 'ਚ 162 ਰੁਪਈਏ ਜਦੋਂ ਅਸੀਂ ਜਿਹੜਾ ਪੈਸੰਜਰ ਦਾ ਕਿਰਾਇਆ ਘਟਾਇਆ
ਉਹਦੇ ਵਿੱਚ ਸਰਕਾਰ ਨੇ ਵੀ ਆਪਣਾ ਜਿਹੜਾ ਹਿੱਸਾ ਹੈ ਨਾ ਉਹ 28-30 ਰੁਪਏ ਪਾਇਆ। ਔਰ ਮੈਂ ਸਿੰਗਲਾ ਸਾਹਿਬ ਨੂੰ ਯਾਦ ਕਰਾਉਣਾ ਪੈਂਦਾ ਜਦੋਂ ਪੈਟਰੋਲ ਦੇ ਰੇਟ ਵਧੇ ਆ ਤੇ ਉਦੋਂ ਸਟੇਟਮੈਂਟ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਅਰਨ ਦੀ ਕਿ ਸਰਕਾਰ ਆਪਣੇ ਟੈਕਸ ਘਟਾਏ, ਇਹਨਾਂ ਨੂੰ ਵੀ ਇਫੈਕਟ ਕਰਦੀ ਹੈ ਜਿਹੜੀ ਪੈਟਰੋਲ ਦੀ ਔਰ ਡੀਜ਼ਲ ਦੀ ਜਿਹੜੀ ਸੇਲ ਹੈ ਇਹਨਾਂ ਨੂੰ ਵੀ ਇਫੈਕਟ ਕਰਦੀ ਹੈ। ਜੇ ਸਰਕਾਰ ਨੇ ਆਪਣੇ ਜਿਹੜੇ 30 ਰੁਪਏ ਘਟਾ ਕੇ 162 ਰੁਪਇਆ ਕਿਰਾਇਆ ਜਿਹੜਾ ਘਟਾਤਾ ਔਰ ਇੱਕ ਬੱਸ ਦਾ ਜਿਹੜਾ ਫਰਕ ਪਿਆ ਉਹਨਾਂ ਨੂੰ 6670 ਰੁਪਇਆ ਇੱਕ ਟ੍ਰਿਪ ਦਾ ਉਹਨਾਂ ਨੂੰ ਫਰਕ ਪੈਂਦਾ, 1598 ਰੁਪਏ ਉਹਦੇ ਬਣਦੇ ਸੀ ਪਹਿਲਾਂ, ਹੁਣ 6670 ਰੁਪਏ ਬਣਦੇ ਆ, 8428 ਰੁਪਏ ਟਰਾਂਸਪੋਰਟਰ ਨੂੰ ਇਹਦੇ ਨਾਲ ਘਾਟਾ ਪੈਂਦਾ 8400 ਪਹਿਲਾਂ ਨਾਲੋਂ ਇਹਨੇ ਘਾਟਾ। ਤੇ ਜੇ ਸਰਕਾਰ ਇਹਦੇ ਵਿੱਚ ਥੋੜਾ ਜਿਹਾ ਆਪਣਾ 238 ਰੁਪਏ ਟੈਕਸ ਨੂੰ ਕੰਪਨਸੇਟ ਕਰਦੀ ਹੈ ਤੇ ਇਹ ਕੋਈ ਜ਼ਿਆਦਾ ਨਹੀਂ ਜਿਹੜੀ ਮੇਰੀ ਗੱਲ ਸੁਣ ਲਓ। ਮੈਂ ਪੈਟਰੋਲ ਦੀ ਪ੍ਰਾਈਸ ਤੇ ਕਹਿ ਰਿਹਾ, ਮੈਂ ਪੈਟਰੋਲ ਦੀ ਪ੍ਰਾਈਸ ਤੇ ਇਹਨਾਂ ਨੇ ਕਿਹਾ ਤੁਸੀਂ ਮੰਗ ਕਰਦੇ ਹੋ 37% ਅੱਜ ਪੈਟਰੋਲ ਦੀ ਪ੍ਰਾਈਸ ਪੰਜਾਬ 'ਚ ਸਿਰਫ ਵੈਟ ਕਰਕੇ ਹੈ। ਸਾਰੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਵੈਟ ਕੰਮ ਕੀਤਾ ਹੈ, ਇਹ ਪੰਜਾਬ ਸਰਕਾਰ ਨੇ ਨਹੀਂ। 2500 ਕਰੋੜ ਦੀ ਆਮਦਨ ਪੈਟਰੋਲ ਤੋਂ ਟੈਕਸ ਦੀ ਹੈਗੀ, ਪੈਟਰੋਲ ਤੇ ਤੁਸੀਂ ਉਹਨਾਂ ਦਾ ਲੋਨ ਮਾਫ ਕਰਦੇ ਹੋ ਤੇ ਉਹ ਵੀ ਘਟਾ ਦੇਣਗੇ ਤੁਹਾਡਾ ਵੈਟ? ਨਹੀਂ, ਮੈਂ ਵੀ ਕਲੀਅਰ ਕਰਦਾ, ਲੋਨ ਮਾਫ ਕਰੀਏ, ਮੈਂ ਵੀ ਗੱਲ ਕਰਦਾ ਕਿ ਜਿਹੜਾ ਟੈਕਸ ਘਟਿਆ ਟੈਕਸ ਦਾ ਟਰਾਂਸਪੋਰਟਰ ਨੂੰ ਫਰਕ ਨਹੀਂ ਪੈਂਦਾ, ਜਿੰਨਾ ਉਹ ਕਲੈਕਟ ਕਰਦਾ ਉਹਨੇ ਉਨਾ ਹੀ ਜਮ੍ਹਾਂ ਕਰਾਉਣਾ ਹੁੰਦਾ, ਜਿਹੜਾ ਕਿਰਾਇਆ ਘਟਿਆ ਉਹਦੀ ਜੇਬ ਚੋਂ ਘਟਿਆ। ਜੀ ਪਰਵਾਨਾ ਜੀ, ਤੁਸੀਂ ਇੱਕ ਬਹੁਤ ਪੁਰਾਣੇ ਜਰਨਲਿਸਟ ਜੇ, ਤੁਸੀਂ ਨਿਊਜ਼ ਰਿਪੋਰਟਸ ਵੀ ਦੇਖੀਆਂ ਵਾ ਔਰ ਤੁਸੀਂ ਅੱਜ ਸਰਕਾਰ ਦਾ ਖੰਡਨ ਵੀ ਦੇਖਿਆ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਸੰਧੂ ਸਾਹਿਬ ਸੌਰੀ ਮੈਂ ਲੇਟ ਹੋ ਗਿਆ, ਮੈਂ ਇੱਕ ਜਨਰਲ ਅਬਜ਼ਰਵੇਸ਼ਨ ਹੈ ਮੇਰੀ ਮਾਈਂਡ ਨਾ ਕਰਿਆ ਜੀ, ਉਹ ਇਹ ਹੈ ਕਿ ਜਿਹੜਾ ਕੰਪੀਟੀਸ਼ਨ ਆਇਆ ਬਿਟਵੀਨ ਦੀ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਐਂਡ ਦਾ ਗਵਰਨਮੈਂਟਸ ਰੋਡਵੇਜ਼ ਔਰ PRTC, ਇਹਦਾ ਜਨਤਾ ਨੂੰ ਬੜਾ ਫਾਇਦਾ ਹੋਇਆ ਜੀ। ਕੰਪੀਟੀਸ਼ਨ ਵਿੱਚ ਆ ਕੇ ਨਿੱਜੀ ਟਰਾਂਸਪੋਰਟ, ਮੈਂ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ, ਨਿੱਜੀ ਟਰਾਂਸਪੋਰਟ ਦੇ ਮੈਦਾਨ ਵਿੱਚ ਆਉਣ ਨਾਲ ਲੋਕਾਂ ਨੂੰ ਇਸਦਾ ਬੜਾ ਫਾਇਦਾ ਹੋ ਸਕਦਾ ਕਿ ਕਿਰਾਇਆ ਵਧੇ ਹੋਵੇ ਜੀ, ਉਹ ਬਿਹਤਰੀਨ ਕਿਸਮ ਦੀ ਸਰਵਿਸ ਲੋਕਾਂ ਨੂੰ ਮਿਲ ਰਹੀ ਜੀ ਪ੍ਰਾਈਵੇਟ ਸਰਵਿਸਿਸ ਦੇ ਵਿੱਚ ਜੀ। ਪੰਜਾਬ ਰੋਡਵੇਜ਼ ਜਾਂ PRTC ਦੀਆਂ ਬੱਸਾਂ ਬਾਰੇ ਜਨਰਲ ਇੰਪ੍ਰੈਸ਼ਨ ਇਹ ਸੀ, ਸਵਾਰੀ ਬੈਠਦੀ ਸੀ ਇੱਥੋਂ ਅਤੇ ਪਤਾ ਨਹੀਂ ਉਹਨੂੰ ਹੁੰਦਾ ਸੀ ਕਿ ਮੈਂ ਜਿੱਥੇ ਜਾਣਾ ਉੱਥੇ ਮੰਜ਼ਿਲ ਮਸੂਦ ਤੱਕ ਪਹੁੰਚਣਾ ਵੀ ਹੈ ਕਿ ਨਹੀਂ ਪਹੁੰਚਣਾ, ਇਸ ਕੰਪੀਟੀਸ਼ਨ ਦੇ ਵਿੱਚ। ਤੁਸੀਂ ਪਰਵਾਨਾ ਜੀ ਲਾਸਟ ਪੰਜਾਬ ਰੋਡਵੇਜ਼ ਦੀ ਜਾਂ ਪ੍ਰਾਈਵੇਟ ਪੰਜਾਬ ਦੇ ਵਿੱਚ ਬੱਸ 'ਤੇ ਟਰੈਵਲ ਕੀਤਾ? ਮੈਂ ਜੀ ਤਕਰੀਬਨ 4 ਸਾਲ ਹੋ ਗਏ ਨੇ ਜੀ। ਦੇਖੋ ਇਹ ਗੱਲ ਹੈ ਆਪਣੇ ਸਮਾਂ ਬੜਾ ਥੋੜ੍ਹਾ, ਮੈਂ ਤੁਹਾਨੂੰ ਹੁਣੇ ਵਾਪਸ ਆ ਰਿਹਾ। ਮੈਂ ਇੱਥੇ ਸਾਡੇ ਪੱਤਰਕਾਰ ਦੋਸਤ ਜਤਿੰਦਰ ਪੰਨੂ ਕੋਲ ਜਲੰਧਰ ਜਾਣਾ ਚਾਹਾਂਗਾ। ਜਤਿੰਦਰ ਪੰਨੂ, ਤੁਹਾਡੀ ਪੰਜਾਬ ਦੇ ਅੰਦਰੂਨੀ ਹਿੱਸੇ ਵਿੱਚ ਤੁਸੀਂ ਵੱਸਦੇ ਜੇ, ਉੱਥੇ ਕੀ ਧਾਰਨਾ ਹੈ ਕਿ ਵਾਕਿਆ ਹੀ ਇਹ ਅਕਾਲੀ ਖਾਸ ਕਰਕੇ ਬਾਦਲ ਪਰਿਵਾਰ ਦਾ ਟਰਾਂਸਪੋਰਟ ਬਿਜ਼ਨਸ 'ਤੇ ਕਬਜ਼ਾ? ਇਹ ਇਹੋ ਜਿਹੀ ਗੱਲ ਹੈ ਸੰਧੂ ਸਾਹਿਬ ਜਿਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁਸ਼ਕਲ ਇਹ ਹੈ ਕਿ ਬਹੁਤ ਗੰਭੀਰ ਮੁੱਦਾ ਜਿਹੜਾ ਇਹ ਦੋ ਗੈਰ ਗੰਭੀਰ ਸਿਆਸੀ ਬੰਦੇ ਇੱਕ ਦੂਸਰੇ ਨਾਲ ਚੁੰਝ ਪੜਾਈ 'ਚ ਲੀਓ ਲਾ ਰਹੇ ਨੇ। ਅਸਲ ਗੱਲ ਇਹ ਹੈ ਕਿ ਰਾਜ ਕਾਂਗਰਸ ਦਾ ਹੋਵੇ ਜਾਂ ਅਕਾਲੀ ਭਾਜਪਾ ਦਾ, ਟਰਾਂਸਪੋਰਟ ਦੀ ਨਕੇਲ ਉਹਨਾਂ ਦੇ ਹੱਥ 'ਚ ਫੜਾਈ ਜਾਂਦੀ ਹੈ ਜਿਹੜੇ ਆਪ ਟਰਾਂਸਪੋਰਟ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜੇ ਹੈ। ਬਾਦਲ ਸਾਹਿਬ ਚੋਣ ਦੇ ਕਾਗਜ਼ ਭਰਨ 'ਤੇ ਕਹਿੰਦੇ ਹੈ ਟਰਾਂਸਪੋਰਟ ਮੇਰਾ ਫੈਮਿਲੀ ਬਿਜ਼ਨਸ ਹੈ, ਪਰ ਜਦੋਂ ਟ੍ਰਿਬਿਊਨ ਦੇ ਵਿੱਚ ਆ ਸਾਰੀ ਰਿਪੋਰਟ ਆ ਗਈ, ਬਹਿਸ ਦਾ ਵਿਸ਼ਾ ਬਣ ਗਈ, ਫਿਰ ਕਹਿੰਦੇ ਮੇਰਾ ਤਾਂ ਕਿਸੇ ਟਰਾਂਸਪੋਰਟ ਨਾਲ ਹਿੱਸਾ ਨਹੀਂ। ਪਰ ਇਹ ਗੱਲ ਕੀ ਪੁੱਤਰ ਆਖੇਗਾ, ਇਹ ਗੱਲ ਕੀ ਪਰਿਵਾਰ ਆਖੇਗਾ? ਔਰ ਇੱਥੇ ਸਿੰਗਲਾ ਸਾਹਿਬ ਵੀ ਕਹੀ ਜਾਂਦੇ ਨੇ, ਸਿੰਗਲਾ ਸਾਹਿਬ ਨੂੰ ਕਹਿ ਦਿਓ ਕਿ ਸਿੰਗਲ ਪਾਰਟੀ ਅਕਾਲੀ ਦਲ ਹੀ ਨਹੀਂ ਜਿਨ੍ਹਾਂ ਦੇ ਹਿੱਤ ਟਰਾਂਸਪੋਰਟ ਨਾਲ ਜੁੜੇ ਆ, ਤੁਹਾਡੇ ਰਾਜ ਵੇਲੇ ਵੀ ਬਹੁਤ ਕੁਛ ਸੀ ਔਰ ਜੋ ਕੁਝ ਹੁਣ ਸਾਹਮਣੇ ਆ ਰਿਹਾ। ਮੈਂ ਪ੍ਰਭਜੋਤ ਹੋਰਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਲਿਆਂਦਾ, ਪਰ ਉਹ ਕੁਝ ਆ ਜਿਹੜਾ ਰਿਕਾਰਡ 'ਤੇ ਹੈ, ਸਾਰਾ ਕੁਝ ਰਿਕਾਰਡ 'ਤੇ ਨਹੀਂ ਹੁੰਦਾ। ਬਰਫ਼ ਦਾ ਤੋਦਾ ਸਮੁੰਦਰ 'ਚ ਤਰਦਾ ਹੋਵੇ ਤੇ 10ਵਾਂ ਹਿੱਸਾ ਦਿਸਦਾ, 9 ਹਿੱਸੇ ਡੁੱਬਿਆ ਹੁੰਦਾ। ਇੱਥੇ ਇੱਕ ਇੱਕ ਪਰਮਿਟ 'ਤੇ 7-7 ਬੱਸਾਂ ਵੀ ਚੱਲਦੀਆਂ ਅਤੇ 7-7 ਬੱਸਾਂ ਇੱਥੇ ਬਗੈਰ ਨੰਬਰਾਂ ਤੋਂ ਵੀ ਚੱਲਦੀਆਂ ਪਈਆਂ। ਕਾਂਗਰਸੀ ਰਾਜ ਵਿੱਚ ਵੀ ਉਹ ਬੱਸਾਂ ਫੜੀਆਂ ਗਈਆਂ ਸਨ ਜਿਹੜੀਆਂ ਇੱਕੋ ਨੰਬਰ ਪਲੇਟ ਲਾ ਕੇ 3-3 ਬੱਸਾਂ ਚੱਲੀ ਜਾਂਦੀਆਂ।